ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਆਪਣੇ ਚੈਨਲ 'ਤੇ, ਅਤੇ ਤੁਹਾਡੇ ਲਈ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰੀ ਦੀ ਆ, ਅਤੇ ਉਸੇ ਤਰ੍ਹਾਂ ਬਹੁਤ ਹੀ ਘੈਂਟ ਵੀਡੀਓ ਅੱਜ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਏ ਹਾਂ। ਅਤੇ ਅੱਜ ਆਪਾਂ ਪਹੁੰਚੇ ਹਾਂ ਜੀ ਢਿੱਲੋਂ ਫਾਰਮ, ਅਤੇ ਬਹੁਤ ਹੀ ਘੈਂਟ ਫਾਰਮ ਆ, ਅਤੇ ਬਹੁਤ ਹੀ ਘੈਂਟ ਘੈਂਟ ਬਾਕੀ ਸ਼ੌਂਕ ਆ, ਅਤੇ ਪੂਰੀ ਆਪਾਂ ਡਿਟੇਲ ਦੇਵਾਂਗੇ ਫਾਰਮ ਦੀ। ਅਤੇ ਜੋ ਤੁਸੀਂ ਥੰਬਨੇਲ ਅਤੇ ਫੋਟੋ ਦੇਖ ਚੁੱਕੇ ਆ, ਅਤੇ ਉਹ ਟਰੈਕਟਰ ਦੀ ਪੂਰੀ ਡਿਟੇਲ ਦੇਵਾਂਗੇ, ਫੋਰਡ ਜੋ ਕਿ 250 ਹੋਰਸ ਪਾਵਰ ਦੇ ਵਿੱਚ ਆ, ਅਤੇ ਬਹੁਤ ਹੀ ਸੋਹਣਾ ਤਿਆਰ ਹੋਇਆ ਹੋਇਆ, ਉਹਦੇ ਬਾਰੇ ਪੂਰੀ ਡਿਟੇਲ ਦੇਵਾਂਗੇ, ਅਤੇ ਬਾਕੀ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਮਹਿੰਦਰ ਸਿੰਘ ਜੀ, ਲੰਬੜਦਾਰ ਮਹਿੰਦਰ ਸਿੰਘ। ਠੀਕ ਹੈ ਜੀ, ਅਤੇ ਲੰਬੜਦਾਰ ਜੀ, ਸਭ ਤੋਂ ਪਹਿਲਾਂ ਇਹ ਦੱਸਿਓ ਵੀ ਆਪਣੇ ਫਾਰਮ ਦੀ ਜਿਹੜੀ ਲੋਕੇਸ਼ਨ ਆ, ਇਹ ਕਿੱਥੇ ਆ? ਲੋਕੇਸ਼ਨ ਮਜ਼ਾਰਾ ਡਿੰਗਰੀਆਂ ਤੋਂ ਤਕਰੀਬਨ 1 ਕਿਲੋਮੀਟਰ ਬਾਹਰ ਹੈ ਪਿੰਡ ਤੋਂ। ਠੀਕ ਹੈ ਜੀ, ਅਤੇ ਬਹੁਤ ਹੀ ਸੋਹਣਾ ਫਾਰਮ ਬਣਾਇਆ ਹੋਇਆ, ਅਤੇ ਵੈਸੇ ਵੀ ਖੁੱਲ੍ਹਾ ਡੁੱਲਾ ਥਾਂ ਆ। ਚਲੋ ਵਾਹਿਗੁਰੂ ਦੀ ਕਿਰਪਾ ਜੀ। ਹਾਂਜੀ ਹਾਂਜੀ, ਪਰਮਾਤਮਾ ਹੀ ਬਣਾਉਣ ਵਾਲਾ ਜੀ। ਹਾਂਜੀ, ਅਤੇ ਜਿਹੜੇ ਆਪਣੇ ਸ਼ੌਂਕ ਆ ਵੀ ਬਹੁਤ ਅਲੱਗ ਅਲੱਗ ਆ, ਜਿਵੇਂ ਆਪਾਂ ਦੇਖ ਸਕਦੇ ਜੀਪਾਂ ਵੀ ਆਪਣੇ ਕੋਲ ਦੋ ਖੜੀਆਂ, ਹੈ ਨਾ, ਅਤੇ ਟਰੈਕਟਰ ਵੀ ਆਪਣੇ ਕੋਲ ਬਹੁਤ ਵਧੀਆ ਵਧੀਆ, 4x4 ਜਿਹਦਾ ਆਪਾਂ ਦੇਖ ਸਕਦੇ ਟਰੈਕਟਰ ਵਧੀਆ ਬਣਾਇਆ ਹੋਇਆ, ਹੈ ਨਾ, ਅਤੇ ਫੋਰ ਵੀ ਉਸੇ ਤਰ੍ਹਾਂ ਬਹੁਤ ਸੋਹਣਾ ਬਣਾਇਆ ਹੋਇਆ, ਹੈ ਨਾ। ਅਤੇ ਬਾਕੀ ਆਪਾਂ ਨਾਲ ਦੀ ਨਾਲ ਗੱਲਬਾਤ ਕਰਦੇ ਹਾਂ, ਨਾਲ ਦੀ ਨਾਲ ਚੱਲਦੇ ਹਾਂ, ਹੈ ਨਾ। ਅਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਓ ਵੀ ਜਿਹੜਾ ਜੀਪਾਂ ਜਿਹੜੀਆਂ ਆਪਣੇ ਕੋਲ ਦੋ ਖੜੀਆਂ ਵਾਈਟ ਦੇ ਵਿੱਚ, ਇਹ ਜਿਹਦਾ ਕਿੰਨਾ ਕਿੰਨਾ ਮਾਡਲ ਆ ਇਹ? ਇਹ ਮਾਡਲ ਤਾਂ ਤਿਆਰ ਹੀ ਹੁੰਦੀਆਂ ਜੀ, ਇੱਕ ਤਾਂ ਆਪਾਂ ਕਰਵਾਈ ਸੀਗੀ ਪਟਿਆਲੇ ਤੋਂ। ਅੱਛਾ ਜੀ। ਅਤੇ ਇੱਕ ਕਰਵਾਈ ਸੀਗੀ ਆਪਾਂ ਮੋਗੇ ਤੋਂ। ਠੀਕ ਹੈ ਜੀ, ਠੀਕ ਹੈ। ਤੇ ਇਹਨੂੰ ਜੀਪ ਜਿਹੜੀ 500, ਇੱਕ ਜਿਹੜੀ ਹੈਗੀ 555 ਆ, ਤੇ ਇੱਕ ਜਿਹੜੀ ਨਾਰਮਲ ਬਿੱਲੀ ਜੀਪ ਹੈ ਉਹ। ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ। ਤੇ ਦੋਨੇ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣੀਆਂ ਤਿਆਰ ਹੋਈਆਂ ਹੋਈਆਂ, ਤੇ ਫਾਰਮ ਦੀ ਲੁੱਕ ਤੁਸੀਂ ਪਹਿਲਾਂ ਸ਼ਾਟ ਦੇਖ ਚੁੱਕੇ ਆ, ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਅੱਗੇ ਅੱਗੇ ਪੂਰੀ ਲੁੱਕ ਜਿਹੜੀ ਹੈ ਫਾਰਮ ਦੀ ਦਿਖਾਈ ਜਾਂਦੇ ਆ। ਤੇ ਬਹੁਤ ਹੀ ਘੈਂਟ ਜੀਪ ਤਿਆਰ ਹੋਈ ਹੋਈ ਆ, ਨਾਰਮਲ ਜਿਹੜੇ 2 ਫੁੱਟੇ ਟਾਇਰਾਂ ਤੋਂ ਥੋੜ੍ਹਾ ਜਿਹਾ ਸਾਈਜ਼ ਛੋਟਾ ਆਉਂਦਾ, ਮੋਸਟਰ ਟਾਇਰ ਜਿਹੜਾ ਆਪਾਂ ਇਹਨਾਂ ਨੂੰ ਕਹਿ ਦਿੰਦੇ, ਮੋਸਟਰ ਟਾਇਰ ਤੋਂ ਥੋੜ੍ਹਾ ਜਿਹਾ ਛੋਟੇ ਟਾਇਰ ਆ, ਅਤੇ ਬਹੁਤ ਹੀ ਸੋਹਣੇ ਇਹਦੇ ਵਿੱਚ ਤਿਆਰ ਹੋਈ ਹੋਈ। ਅਤੇ ਜ਼ਿਆਦਾਤਰ ਜਿੱਦਾਂ ਮਤਲਬ ਪਹਿਲਾਂ ਲੁੱਕ ਹੁੰਦੀ ਸੀ ਜੀਪਾਂ ਦੀ, ਉਹ ਲੁੱਕ ਦੇ ਵਿੱਚ ਇਹਨੂੰ ਜ਼ਿਆਦਾਤਰ ਰੱਖਿਆ ਹੋਇਆ ਕਿ ਆਪਣੇ ਸ਼ੌਂਕ ਵਜੋਂ, ਅਤੇ ਬਾਕੀ ਆਪਾਂ ਨਾਲ ਦੀ ਨਾਲ ਤੁਹਾਨੂੰ ਪੂਰੀ ਡਿਟੇਲ ਦੇਈ ਜਾਂਦੇ ਹਾਂ। ਅਤੇ ਲੰਬੜਦਾਰ ਜੀ, ਆਪਾਂ ਦੇਖ ਸਕਦੇ ਵੀ ਇੱਧਰ ਜਿਹੜਾ ਆਪਣਾ ਪ੍ਰੀ ਟਰੈਕਟਰ 4x4 ਆ, ਇਹ ਵੀ ਥੋੜ੍ਹਾ ਟਾਈਮ ਹੀ ਹੋਇਆ ਲਿਆ ਨੂੰ, ਹੈ ਨਾ ਜੀ? ਥੋੜ੍ਹਾ ਟਾਈਮ ਹੋਇਆ ਜੀ, ਇਹ ਤੋਂ ਪਹਿਲਾਂ ਸੀਗਾ ਸੋਨਾਲੀਕਾ ਸੀਗਾ ਸਾਡੇ ਕੋਲ 4x4 90 ਦਾ। ਅੱਛਾ ਜੀ। ਹਾਂਜੀ, ਫਿਰ ਉਹ ਮੇਰਾ ਖਿਆਲ ਆ ਭਈ ਅਸੀਂ ਉਹ ਲਿਆ ਸੀ 95 ਦੇ ਵਿੱਚ ਲਿਆ ਸੀ। ਠੀਕ ਹੈ ਜੀ, ਹਾਂਜੀ, ਠੀਕ ਹੈ। ਉਹ ਤੋਂ ਬਾਅਦ ਫਿਰ ਚੇਂਜ ਕਰਕੇ ਫਿਰ ਹੁਣ ਥੋੜ੍ਹੀ 2 ਸਾਲ ਹੋ ਗਏ। ਠੀਕ ਹੈ, ਕਰ ਲਿਆ। ਠੀਕ ਹੈ ਜੀ, ਠੀਕ ਹੈ। ਅਤੇ ਬਾਕੀ ਜਿਹੜਾ ਕੰਮ ਕਾਰ ਕਾਫੀ ਜ਼ਿਆਦਾ ਆ, ਤੇ ਬਾਕੀ ਸ਼ੌਂਕ ਵੀ ਕਾਫੀ ਜ਼ਿਆਦਾ ਆ। ਹਾਂਜੀ, ਸ਼ੌਂਕ ਹੀ ਆ ਜੀ, ਹੋਰ ਕੰਮ ਕਾਰ ਦਾ ਤੁਹਾਨੂੰ ਪਤਾ ਅੱਜ ਕੱਲ੍ਹ। ਹਾਂਜੀ ਹਾਂਜੀ, ਨਾ ਕੋਈ ਏਦਾਂ ਹੈ ਨਹੀਂ, ਹਾਂਜੀ ਹਾਂਜੀ, ਕੋਈ ਔਖਾ ਨਹੀਂ ਹੈ, ਔਖਾ ਨਹੀਂ ਹੈ। ਹਾਂਜੀ, ਤੇ ਸ਼ੌਂਕ ਲਈ ਅਸੀਂ ਟਰੈਕਟਰ ਵੀ ਰੱਖੇ ਹੋਆ, ਉਹਦਾ ਖੇਤੀਬਾੜੀ ਸਾਡੀ ਜ਼ਿਆਦਾ, ਅਸੀਂ ਦਰਖਤੀ ਲਾਉਨੇ, ਪਪੂਲਰ ਲਾਉਨੇ। ਠੀਕ ਹੈ ਜੀ, ਹਾਂਜੀ। ਤੇ ਜਾਨਵਰ ਵੀ ਆਪਣੇ ਕਾਫੀ ਰੱਖੇ ਹੋਏ ਆ, ਹੈ ਨਾ? ਬਾਕੀ ਆਪਾਂ ਤੁਹਾਨੂੰ ਡੌਗ ਕਾਫੀ ਵਧੀਆ ਵਧੀਆ ਰੱਖੇ ਹੋਏ, ਉਹਨਾਂ ਦੇ ਬਾਰੇ ਵੀ ਪੂਰੀ ਡਿਟੇਲ ਦੇਵਾਂਗੇ, ਸ਼ਾਰਟ ਜ਼ਰੂਰ ਐਡ ਕਰਾਂਗੇ, ਤੇ ਕਿਹੜੀ ਕਿਹੜੀ ਬਰੀਡ ਆ ਵੀ ਜ਼ਰੂਰ ਤੁਹਾਨੂੰ ਦੱਸਾਂਗੇ। ਤੇ ਇਧਰਲੀ ਸਾਈਡ ਤੇ ਆਪਾਂ ਮੈਸੀ ਦੇਖ ਸਕਦੇ ਆ, ਕਾਫੀ ਪੁਰਾਣਾ ਆ, ਤੇ ਇਹ ਵੀ ਉਦਾਂ ਵੈਸੇ ਆਪਾਂ ਆਪ ਤਿਆਰ ਤੀ ਦੱਸ ਦੇ ਕੀਤਾ, ਹੈ ਨਾ? ਇਹ ਆਪੇ ਕੀਤੇ ਆ ਜੀ, ਇਹ ਹੈਗਾ 99 ਮਾਡਲ ਆ ਉਹਦਾ। ਠੀਕ ਹੈ ਜੀ, ਤੇ ਇਹਨੂੰ ਫੇਰ ਸਾਡੇ ਇੱਕ ਦੋਸਤ ਆ ਮੈਸਰੀ, ਬਹੁਤ ਵਧੀਆ। ਠੀਕ ਹੈ ਜੀ, ਸੈਲੇ ਤੋਂ ਕੁਲਵਿੰਦਰ ਸਿੰਘ। ਠੀਕ ਹੈ ਜੀ, ਉਹ ਸਾਡੇ ਜਾਨੀ ਜਿੱਦਾਂ ਫੈਮਿਲੀ ਰਿਲੇਸ਼ਨ ਹੈ ਉਹਨਾਂ ਦੇ ਨਾਲ। ਠੀਕ ਹੈ, ਉਹ ਕਾਫੀ ਸਾਡੀ ਮਦਦ ਕਰਦੇ ਰਹਿੰਦੇ ਜਦੋਂ ਕੋਈ ਅਸੀਂ ਕੋਈ ਚੀਜ਼ ਕੋਈ ਮੋਡੀਫਾਈ ਕਰਨੀ ਹੁੰਦੀ ਆ। ਹਾਂਜੀ, ਤੇ ਉਹਦੇ ਵਿੱਚ ਉਹ ਕਾਫੀ ਸਾਨੂੰ ਦੱਸਦੇ ਪੁੱਛਦੇ ਆ। ਠੀਕ ਹੈ, ਤੇ ਕੁਛ ਆਪਣੇ ਦਿਮਾਗ ਨਾਲ ਹੁੰਦਾ, ਦਿਮਾਗ ਨਾਲ। ਹਾਂਜੀ, ਤੇ ਬਾਕੀ ਮੈਨੂੰ ਭਾਈ ਦੱਸਦਾ ਵੀ ਜਦੋਂ ਆਪ ਕਾਫੀ ਕੰਮ ਕਰ ਲੈਂਦੇ, ਹੁਣ ਆਪਾਂ ਸ਼ੈੱਡ ਵੀ ਜਿਹੜੀ ਏਡੀ ਵੱਡੀ ਸ਼ੈੱਡ ਪਾਈ ਹੋਈ, ਆਪਾਂ ਆਪ ਹੀ ਪਾਈ ਹੋਈ ਹੈ, ਹੈ ਨਾ? ਇਦਾਂ ਜੀ, ਮੇਰੇ ਤੋਂ ਛੋਟਾ ਬ੍ਰਦਰ ਸੀ, ਹਾਂਜੀ, ਉਹਦੀ ਡੈਥ ਹੋ ਚੁੱਕੀ ਆ। ਅੱਛਾ ਜੀ, ਉਹਨਾਂ ਨੂੰ ਬਹੁਤ ਸ਼ੌਂਕ ਸੀ ਇਸ ਕੰਮ ਦਾ। ਠੀਕ ਹੈ, ਉਹ ਹਰ ਵੇਲੇ ਕੋਈ ਨਾ ਕੋਈ ਨਵੀਂ ਕਾਢ ਕੱਢਦੇ ਹੀ ਰਹਿੰਦੇ ਸੀ। ਠੀਕ ਹੈ, ਕੋਈ ਟਰੈਕਟਰ ਕੋਈ ਸ਼ੈੱਡ ਆ, ਸਾਰਾ ਜਿਹੜਾ ਕੋਈ ਨਕਸ਼ਾ ਵੀ ਉਹਨੇ ਆਪੇ ਤਿਆਰ ਕੀਤਾ ਹੈ। ਠੀਕ ਹੈ ਜੀ, ਠੀਕ ਹੈ। ਫਾਰਮ ਦਾ ਵੀ, ਤੇ ਜਿਹੜਾ ਫੋਰ ਤਿਆਰ ਹੋਇਆ ਉਹ ਵੀ ਮੈਨੂੰ ਭਾਈ ਦੱਸਦੇ ਕਿ ਜਿੱਦਾਂ ਆਪ ਹੀ ਉਹਨਾਂ ਨੇ ਤਿਆਰ ਕੀਤਾ। ਹਾਂਜੀ ਹਾਂਜੀ, ਉਹਨੇ ਆਪ ਕੋਲ ਬੈਠ ਕੇ ਆਪ ਦੱਸ-ਦੱਸ ਕੇ ਮਿਸਤਰੀਆਂ ਨੂੰ ਕਿਵੇਂ ਕਿਵੇਂ ਕਿਹੋ ਜੀ ਚੀਜ਼ ਕਰਨੀ ਹੈ। ਕਲਵਿੰਦਰ ਦਾ ਬਹੁਤ ਸਹਿਯੋਗ ਹੈ ਇਹਦੇ ਵਿੱਚ। ਠੀਕ ਹੈ ਜੀ, ਬਣਾਉਣ ਦਾ। ਹਾਂਜੀ, ਠੀਕ ਹੈ। ਤੇ ਬਾਕੀ ਆਪਾਂ ਇਹਦੀ ਡਿਟੇਲ ਦਿੰਨੇ ਆ, ਤੇ ਇਸੇ ਕਰਕੇ ਆਪਾਂ ਮੇਨ ਜੋ ਆਪਾਂ ਇਹੀ ਵੀਡੀਓ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਆ, ਤੇ ਕਿਉਂਕਿ ਇਹ ਮੇਰੇ ਹਿਸਾਬ ਨਾਲ ਵੀ ਇੰਡੀਆ ਦੇ ਵਿੱਚ ਪਹਿਲਾ ਹੀ ਟਰੈਕਟਰ ਹੈ। ਹਾਂਜੀ ਹਾਂਜੀ, ਪਹਿਲਾ ਹੀ, ਹੈ ਨਾ? ਤੇ ਬਾਕੀ ਜੋ ਨਾਰਮਲ ਸੀਗਾ ਆਪਾਂ ਨਾਰਮਲ ਨਹੀਂ ਰਹਿਣ ਦਿੱਤਾ, ਆਪਾਂ 250 ਹੋਰਸ ਪਾਵਰ ਤੱਕ ਇਹਨੂੰ ਲੈ ਕੇ ਗਏ ਆ। ਹਾਂਜੀ ਹਾਂਜੀ, ਤੇ ਵੀ ਕਲੇਮ ਕਰਦਾ ਇੰਜਣ ਇਹਨਾਂ, ਹੈ ਨਾ? ਬਿਲਕੁਲ ਜੀ, ਕਰਦਾ। ਠੀਕ ਹੈ ਜੀ, ਘੋੜੇ ਦਾ ਇੰਜਣ ਆ। ਠੀਕ ਹੈ, ਤੇ ਬਾਕੀ ਜਿਹੜਾ ਤੁਸੀਂ ਦੇਖੋ ਸਲੈਂਸਰ ਆ, ਹਾਂਜੀ, ਇਹ ਵੀ ਅਮਰੀਕਾ ਤੇ ਮੰਗਵਾਇਆ ਸੀ। ਠੀਕ ਹੈ ਜੀ, ਤੇ ਪਾਲੀ ਸਾਈਡ ਤੇ ਹੋਰਨ ਆ ਜਿਹੜੇ ਲੱਗੇ, ਹਾਂਜੀ, ਉਹ ਵੀ ਅਮਰੀਕਾ ਦੇ, ਤੇ ਹੁਣ ਵੀ ਕੋਈ ਨਾ ਕੋਈ ਦਾ ਕੰਮ ਕਰਾਉਂਦੇ ਹੀ ਰਹਿੰਦੇ ਆ। ਹਾਂਜੀ ਹਾਂਜੀ ਹਾਂਜੀ, ਰਾਇਲ
ਸਪੈਸ਼ਲ ਠੀਕ ਹੈ ਜੀ ਤੇ ਬਾਕੀ ਸ਼ੌਂਕ ਜੇ ਆਪਾਂ ਕਹਿ ਦਈਏ ਵੀ ਇਹ ਹੁੰਦਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਦਾ ਤੁਹਾਨੂੰ ਪਤਾ ਵੀ ਕੋਈ ਮੁੱਲ ਨਹੀਂ ਹੈਗਾ ਮੁੱਲ ਨਹੀਂ ਹੈਗਾ ਹਾਂਜੀ ਹਾਂਜੀ ਵੈਸੇ ਉਂਝ ਤਾਂ ਇਹਨੂੰ ਬਹੁਤ ਮੰਗਦੇ ਆ ਇੱਥੇ ਸਾਡੇ ਪੈਟਰੋਲ ਪੰਪ ਤੇ ਖੜਾ ਹੁੰਦਾ ਹਾਂਜੀ ਇਹਦਾ 30-30 ਲੱਖ ਵੀ ਕਹਿ ਗਏ ਕਈ ਬੰਦੇ ਹਾਂਜੀ ਕਿਉਂਕਿ ਇਹ ਚੀਜ਼ ਇਹੋ ਜਿਹੀ ਆ ਰੇਅਰ ਆ ਵੀ ਹੈ ਹੀ ਨਹੀਂਗੀ ਜੇ ਆਪਾਂ ਕਹੀਏ ਵੀ ਇੰਡੀਆ ਦੇ ਵਿੱਚ ਵੀ ਇਹ ਚੀਜ਼ ਹੈ ਹੀ ਨਹੀਂਗੀ ਹੈਨਾ ਤੇ ਜੇ ਆਪਾਂ ਗੱਲ ਕਰੀਏ ਵੀ ਨਾਰਮਲ ਵੀ ਹੁੰਦਾ ਤਾਂ ਵੀ ਹੋਰ ਚੀਜ਼ ਸੀਗੀ ਆਪਾਂ ਜੋ ਮੋਡੀਫਿਕੇਸ਼ਨ ਇਹਦੇ ਵਿੱਚ ਕਰਤੀ ਆ ਹੈਨਾ ਉਹ ਅਲੱਗ ਹੀ ਚੀਜ਼ ਇੱਕ ਵਧੀਆ ਬਣ ਗਈ ਆ ਹੈਨਾ ਤੇ ਜਿਹੜਾ ਇੰਜਨ ਇਹਦੇ ਵਿੱਚ ਆਪਾਂ ਘੋੜੇ ਦਾ ਯੂਜ਼ ਕੀਤਾ ਹੈਨਾ ਠੀਕ ਹੈ ਜੀ ਠੀਕ ਹੈ ਤੇ 250 ਹਾਰਸ ਪਾਵਰ ਕਲੇਮ ਕਰਦਾ ਮੈਂ ਵਾਰ-ਵਾਰ ਤੁਹਾਨੂੰ ਦੱਸ ਦਿੰਨਾ ਤੇ ਫਰੰਟ ਜਿਹੜੇ ਰਿਮ ਆ ਉਹ ਵੀ ਆਪਾਂ ਕਟਿੰਗ ਕਰਵਾਈ ਆ ਤੇ ਕਰੋਮ ਕਰਵਾਏ ਆ ਹੈਨਾ ਤੇ ਹੈਗੇ ਜੋ ਨਾਰਮਲ ਹੀ ਆ ਜਿਹੜੇ ਕੰਮ ਪਹਿਲਾਂ ਆਉਂਦੇ ਸੀਗੇ ਹੈਨਾ ਠੀਕ ਆ ਤੇ ਜਿਹੜੀ ਇਹਦੀ ਸ਼ੋ ਆ ਜਿੱਦਾਂ ਇਹ ਕਾਫੀ ਮੂਰ ਆਪਾਂ ਦੇ ਸਕਦੇ ਕਾਫੀ ਚੌੜਾ ਆ ਹੈਨਾ ਤੇ ਇਹ ਜਿਹੜਾ ਸ਼ੋ ਵੀ ਫਿਰ ਆਪ ਹੀ ਤਿਆਰ ਕਰਵਾਈ ਸੀ ਸ਼ੋ ਵੀ ਆਪੇ ਕੀਤੀ ਤਿਆਰ ਜੀ ਠੀਕ ਆ ਤੇ ਇਹ ਜਿਹੜਾ ਆਪਾਂ ਕਹਿ ਦਈਏ ਵੀ ਇੰਨਾ ਕੰਮ ਇੰਨੀ ਇੰਨਾ ਟਾਈਮ ਨਹੀਂ ਸਪੈਂਡ ਹੁੰਦਾ ਜ਼ਿਆਦਾਤਰ ਕਿਸੇ ਚੀਜ਼ ਦੇ ਉੱਪਰ ਹਨਾ ਕਾਫੀ ਇਹਦੇ ਤੇ ਟਾਈਮ ਸਪੈਂਡ ਹੋਇਆ ਫਿਰ ਜਾ ਕੇ ਜਦੋਂ ਸ਼ੌਕ ਹੁੰਦਾ ਆਦਮੀ ਫਿਰ ਕਰਦਾ ਟਾਈਮ ਕਰਦਾ ਹਾਂ ਹਾਂਜੀ 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 ਤੇ ਬਾਕੀ ਤੇ 에ਅਰ ਪ੍ਰੈਸ਼ ਦਾ ਟੈਂਕ ਥੱਲੇ ਦੇਖ ਸਕਦੇ ਆ ਖੋਰਨਾ ਦੇ ਲਿਖਿਆ ਹੋਇਆ ਤੇ ਨਾਲ ਦੀ ਨਾਲ ਛਿੱਕ ਵੀ ਇਹਦੇ ਵਿੱਚ ਐਡ ਕੀਤੀ ਹੋਈ ਆ ਤੇ ਇੱਕ ਲੰਬੜਦਾਰ ਜੀ ਆਪਾਂ ਨੂੰ ਇਹਦੀ ਲੈਂਥ ਦੱਸੋ ਕਿਉਂਕਿ ਲੈਂਥ ਕਾਫੀ ਜ਼ਿਆਦੀ ਆ ਇਹ 16 ਫੁੱਟ ਆ ਜੀ ਠੀਕ ਆ ਤੇ ਆਪਾਂ 16 ਫੁੱਟ ਦੀ ਟਰਾਲੀ ਸੁਣੀ ਸੀਗੀ ਪਰ ਇਹ ਟ੍ਰੈਕਟਰ ਜਿਹੜਾ 16 ਫੁੱਟ ਹੀ ਆਪਾਂ ਦੇਖ ਚੁੱਕੇ ਆ ਇਸ ਟਾਈਮ ਹਨਾ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਇੰਨਾ ਨਹੀਂ ਪਤਾ ਲੱਗਦਾ ਹੋਊਗਾ ਪਰ ਮੈਨੂੰ ਦੇਖ ਕੇ ਟ੍ਰੈਕਟਰ ਬਹੁਤ ਹੀ ਘੈਂਟ ਲੱਗਾ ਤੇ ਕਾਫੀ ਵਾਈਡ ਆ ਤੇ ਕਾਫੀ ਲੈਂਥ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ 16 ਫੁੱਟ ਦੀ ਲੈਂਥ ਹੈ ਇਹਦੀ ਤੇ ਇਹਦੇ ਵਿੱਚ ਤੁਸੀਂ ਦੱਸਦੇ ਕਿ ਜਿਹਦਾ ਭਜਾਈ ਨੂੰ ਕਾਫੀ ਵਧੀਆ ਆ ਜਿਦਾਂ ਹਨਾ ਭਜਾਈ ਨੂੰ ਤਕਰੀਬਨ ਇਹ 90-95 ਦੇ ਭਜਦਾ ਠੀਕ ਆ ਤੇ ਕਿਉਂਕਿ ਹੈਵੀ ਆ ਤਾਂ ਰਹਿੰਦਾ ਵੀ ਸਟੇਬਲ ਹੋਣਾ ਆ ਜ਼ਿਆਦਾਤਰ ਜਿਹਦਾ ਟ੍ਰੈਕਟਰ ਹਲਕਾ ਤੇ ਉਹ ਭੜਕਣਾ ਹਨਾ ਤੇ ਇਹ ਤਾਂ ਹੈਵੀ ਕਾਫੀ ਜ਼ਿਆਦਾ ਹਨਾ ਤੇ ਇਹਦਾ ਆਈਡੀਆ ਹੈਗਾ ਵੀ ਵਜਨ ਕਿੰਨਾ ਕ ਹੋਊਗਾ ਮਤਲਬ ਇਹਦਾ ਆਈਡੀਆ ਆਈਡੀਆ ਤਾਂ ਕੋਈ ਦਾ ਹੈ ਨਹੀਂ ਵਜਨ ਤਾਂ ਇਹਦਾ ਤਕਰੀਬਨ ਕਾਫੀ ਆ ਕਾਫੀ ਜ਼ਿਆਦਾ ਹੀ ਹੋਊਗਾ ਹਨਾ ਕਿਉਂਕਿ ਦੇਖ ਕੇ ਚੀਜ਼ ਹਲ ਪਤਾ ਲੱਗਦਾ ਕਿ ਕਿੰਨੀ ਬਲਕੀ ਚੀਜ਼ ਆ ਹਨਾ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦਿੰਦਾ ਕਿ ਸਿਰਫ ਇਹਦਾ ਜੋ ਮਗਰਲਾ ਹਿੱਸਾ ਆ ਉਹੀ ਲੰਬੜਦਾਰ ਜੀ ਓਰੀਜਨਲ ਆ ਹਨਾ ਠੀਕ ਹੈ ਤੇ ਬਾਕੀ ਜੋ ਰਿਮ ਆ ਟਾਇਰ ਟੂਰ ਹੋਊਗਾ ਹਨਾ ਤੇ ਬਾਕੀ ਮਤਲਬ ਜਿੰਨਾ ਵੀ ਕੀਤਾ ਹੋਇਆ ਉਹ ਸਾਰਾ ਆਪ ਹੀ ਮੋਡੀਫਿਕੇਸ਼ਨ ਦੀ ਕੀਤੀ ਹੋਈ ਆਪ ਹੀ ਕੀਤੀ ਹੋਈ ਠੀਕ ਆ ਠੀਕ ਆ ਤੇ ਬਾਕੀ ਤੁਸੀਂ ਟ੍ਰੈਕਟਰ ਦੇਖ ਸਕਦੇ ਆਪਾਂ ਨਾਲ ਦੀ ਨਾਲ ਤੁਹਾਨੂੰ ਸ਼ਾਰਟ ਜ਼ਰੂਰ ਐਡ ਕਰਾਂਗੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਫਰੰਟ ਹੈੱਡਲਾਈਟ ਆਪਾਂ ਤੁਹਾਨੂੰ ਦੱਸ ਦਿੰਨੇ ਫਾਰਮ ਟਰੈਕ ਦੀਆਂ ਯੂਜ਼ ਇਹਦੇ ਵਿੱਚ ਕੀਤੀਆਂ ਹੋਈਆਂ ਆ ਤੇ ਨਾਲ ਦੀ ਨਾਲ ਬਾਕੀ ਇਧਰਲੀ ਸਾਈਡ ਜੋ ਜੀਪ ਹੈ ਉਹਦੇ ਬਾਰੇ ਪੂਰੀ ਡਿਟੇਲ ਦੇਵਾਂਗੇ ਤੇ ਬਾਕੀ ਆਪਣੇ ਭਰਾ ਸਾਰੇ ਤੇ ਜੀਪ ਜਿਹੜੀ ਆ ਇਹ ਆਪਾਂ ਇਹ ਵੀ ਜਿਹੜੀ 555 ਪਹਿਲਾਂ ਆਉਂਦੀ ਸੀ ਉਹਦੇ ਵਿੱਚ ਹੀ ਤਿਆਰ ਕੀਤੀ ਹੋਈ ਆ ਹਨਾ 올ਡ ਲੁੱਕ ਜਿਹਨੂੰ ਆਪਾਂ ਕਹਿ ਦਈਏ ਕਿਉਂਕਿ ਪਹਿਲਾਂ ਜਿਹੜੀਆਂ ਜੀਪਾਂ ਆਉਂਦੀਆਂ ਸੀ ਉਹ ਇਸ ਲੁੱਕ ਦੇ ਵਿੱਚ ਆਉਂਦੀਆਂ ਹੁੰਦੀਆਂ ਸੀ ਨਾ ਠੀਕ ਹੈ ਠੀਕ ਹੈ ਤੇ ਬਾਕੀ ਲਾਈਟਾਂ ਵਗੈਰਾ ਤੁਸੀਂ ਦੇਖ ਸਕਦੇ ਕਸਟਮ ਕੀਤੀਆਂ ਹੋਈਆਂ ਬਹੁਤ ਹੀ ਸੋਹਣੀ ਇਹਨੂੰ ਲੋ ਰਾਈਡਰ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਕਾਫੀ ਨੀਵੀਂ ਆ ਜੀਪ ਹਨਾ ਇਹ ਹਾਂਜੀ ਤੇ ਬਾਕੀ ਆਪਾਂ ਉਧਰਲੀ ਸਾਈਡ ਚੱਲਦੇ ਹਾਂ ਫਾਰਮ ਤੁਹਾਨੂੰ ਦਿਖਾਉਂਦੇ ਬਾਕੀ ਦਾ ਸਾਰਾ ਤੇ ਬਾਕੀ ਤੁਸੀਂ ਇਧਰਲੀ ਸਾਈਡ ਤੋਂ ਫਾਰਮ ਦੇਖ ਸਕਦੇ ਆ ਇਹ ਜਿਹੜੀ ਆਪਣੀ ਫਰੰਟ ਚੀਜ਼ ਆ ਹਨਾ ਜੋ ਆਪਾਂ ਫਾਰਮ ਵਾਲੀ ਸਾਈਡ ਆਉਂਦੇ ਆ ਹਨਾ ਠੀਕ ਹੈ ਜੀ ਤੇ ਇਹ ਸ਼ੈੱਡ ਆ ਜੋ ਇਹ ਵੀ ਆਪ ਹੀ ਕੰਮ ਕੀਤਾ ਹੋਇਆ ਸਾਰਾ ਆਪ ਹੀ ਕੀਤਾ ਹੋਇਆ ਤੇ ਬਾਕੀ ਡੌਗ ਜਿਹੜੇ ਆ ਕਾਫੀ ਜ਼ਿਆਦਾਤਰ ਆਪਣੇ ਮਤਲਬ ਕਿਹੜੀ ਕਿਹੜੀ ਨਸਲ ਹੈਗੀ ਆ ਲੰਬੜਦਾਰ ਜੀ ਪਾਕਿਸਤਾਨੀ ਬੁਲੀ ਆ ਠੀਕ ਆ ਬੁਲਟੇਰ ਆ ਠੀਕ ਆ ਤੇ ਦੂਜਾ ਹੈਗਾ ਪਿਟਬੁਲ ਆ ਪਿਟਬੁਲ ਹੈਗਾ ਠੀਕ ਆ ਠੀਕ ਆ ਤੇ ਆਪਣੇ ਕੁੱਕੜ ਜਿਹੜੇ ਰੱਖੇ ਉਹ ਬਹੁਤ ਘੈਂਟ ਰੱਖੇ ਹੋਏ ਆ ਹਾਂਜੀ ਹਾਂਜੀ ਕੁੱਕੜ ਵੀ ਇਹ ਟ੍ਰੈਂਡ ਚੱਲਿਆ ਆ ਠੀਕ ਆ ਅੱਜ ਕੱਲ ਜਿਹੜੇ ਕੜਕਨਾਥ ਕੜਕਨਾਥ ਹਾਂਜੀ ਹਾਂਜੀ ਤੇ ਜੋ ਫਾਰਮ ਦੀ ਫਰੰਟ ਲੁੱਕ ਆ ਬਹੁਤ ਹੀ ਸੋਹਣੀ ਲੁੱਕ ਆ ਤੇ ਘੈਂਟ ਬਣਾਇਆ ਹੋਇਆ ਫਰੰਟ ਤੋਂ ਠੀਕ ਆ ਬਤਕਾਂ ਹੀ ਉਦਾਂ ਮਤਲਬ ਇਹਨਾਂ ਦੀ ਇੰਨੀ ਬਿੜਕ ਆ ਕਿ ਪਛਾਣ ਲੈਂਦੀਆਂ ਜੋ ਉੱਪਰ ਬੰਦਾ ਕੋਈ ਆਉਂਦਾ ਹੈ ਨਾ ਹਾਂਜੀ 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 ਹੁਣ ਆਪਾਂ ਦੇਖ ਸਕਦੇ ਵੀ ਰੌਲਾ ਪਾ ਲਿਆ ਉਹਨਾਂ ਨੇ ਦੱਸ ਦਿੱਤਾ ਵੀ ਕੋਈ ਆ ਗਿਆ ਉੱਪਰ ਬੰਦਾ ਹੈ ਨਾ ਅੰਦਰ ਤੇ ਬਾਕੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਫਾਰਮ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਨੂੰ ਤਾਂ ਆਪਣੇ ਵੱਲੋਂ ਮਤਲਬ ਬਹੁਤ ਘੈਂਟ ਲੱਗਾ ਫਾਰਮ ਤੇ ਟ੍ਰੈਕਟਰ ਦੇ ਆਪਾਂ ਤੁਹਾਨੂੰ ਸ਼ਾਰਟ ਹੋਰ ਵੀ ਐਡ ਕਰਦੇ ਹਾਂ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਘੈਂਟ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਦੇ ਕੋਈ ਮੇਰਾ ਨਵਾਂ ਭਰਾ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਥੈਂਕ ਯੂ ਜੀ